ਜੋ ਸਾਡੀਆਂ ਜ਼ਿਲ੍ਹਾ ਪ੍ਰੀਸ਼ਦ ਪੰਚਾਇਤ ਸੰਮਤੀ ਤੇ ਗ੍ਰਾਮ ਪੰਚਾਇਤ ਦੀਆਂ ਚੋਣਾਂ ਇਸ ਵਾਰ ਬੈਲਟ ਬਕਸ ਦੇ ਨਾਲ ਹੋ ਰਹੀਆਂ ਅੱਜ ਅਸੀਂ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਬੈਲਟ ਬਕਸਾ ਬੰਦ ਕਿਸ ਤਰ੍ਹਾਂ ਕਰਨਾ ਹੈ ਖੋਲਣਾ ਕਿਸ ਤਰ੍ਹਾਂ ਹੈ ਔਰ ਇਹਨੂੰ ਵੋਟਾਂ ਤੋਂ ਪਹਿਲਾਂ ਤਿਆਰ ਕਿਵੇਂ ਕਰਨਾ ਇਸ ਵੀਡੀਓ ਦੇ ਰਾਹੀਂ ਉਹਦੀ ਜਾਣਕਾਰੀ ਦੇਵਾਂਗੇ ਬੈਲਟ ਬਕਸਾ ਬੰਦ ਕਰਨ ਦੇ ਲਈ ਖੋਲਣ ਦੇ ਲਈ ਇੱਕ ਥੰਬ ਰੂਲ ਤੁਸੀਂ ਯਾਦ ਰੱਖਣਾ ਓ ਏ ਤੇ ਸੀ ਸੀ ਓ ਏ ਦਾ ਮਤਲਬ ਓਪਨ ਐਂਟੀ ਕਲੋਕ ਵਾਈਜ਼ ਮਤਲਬ ਕਿ ਜੇ ਇਹਨੂੰ ਖੋਲਣਾ ਹੈ ਤਾਂ ਜਿਹੜੀ ਉੱਪਰ ਲੱਗੀ ਪੱਤੀ ਨੂੰ ਆਪਾਂ ਐਂਟੀ ਕਲੋਕ ਵਾਈਜ਼ ਘੁਮਾਉਣਾ ਤੇ ਸੀ ਸੀ ਦਾ ਮਤਲਬ ਆ ਕਲੋਜ਼ ਕਲੋਕ ਵਾਈਜ਼ ਮਤਲਬ ਜੇ ਇਸ ਬੈਲਟ ਬਕਸ ਨੂੰ ਬੰਦ ਕਰਨਾ ਤਾਂ ਇਹਦੇ ਉੱਪਰ ਲੱਗੀ ਪੱਤੀ ਨੂੰ ਕਲੋਕ ਵਾਈਜ਼ ਘੁਮਾਉਣਾ ਸੋ ਸਭ ਤੋਂ ਪਹਿਲਾਂ ਆਪਾਂ ਹੁਣ ਇਹ ਬੈਲਟ ਬਕਸ ਆ ਬੰਦ ਆ ਇਹਨੂੰ ਆਪਾਂ ਖੋਲਣਾ ਹੈ ਇਹ ਜਿਹੜੀ ਪੱਤੀ ਹੈ ਇਹਦੇ ਲੰਬੀ ਪੱਤੀ ਨੂੰ ਆਪਾਂ ਘੁਮਾਵਾਂਗੇ ਔਰ ਜਿਹੜਾ ਸਰਾਖ ਆ ਇਹਦੇ ਵਿੱਚ ਆਪਾਂ ਉਂਗਲ ਪਾ ਕੇ ਇਹਦੇ 'ਚ ਜਿਹੜਾ ਲੋਕ ਆ ਉਹਨੂੰ ਉਂਗਲ ਦੇ ਨਾਲ ਸਭ ਤੋਂ ਪਹਿਲਾਂ ਆਪਦੇ ਵੱਲ ਖਿੱਚ ਲੈਣਾ ਹੈ ਖਿੱਚ ਕੇ ਜਿਹੜੀ ਪੱਤੀ ਹੈ ਇਹਨੂੰ ਐਂਟੀ ਕਲੋਕ ਵਾਈਜ਼ ਘੁਮਾਉਣਾ ਸ਼ੁਰੂ ਕਰ ਦੇਣਾ ਔਰ ਇਹ ਘੁਮਾਉਂਦੇ ਜਾਣਾ ਇਸ ਤਰ੍ਹਾਂ ਘੁਮਾਉਂਦੇ ਜਾਣਾ ਔਰ ਘੁਮਾ ਕੇ ਜਦੋਂ ਇਸ ਪੋਜੀਸ਼ਨ ਤੇ ਆ ਗਈ ਟੇਢੀ ਪੋਜੀਸ਼ਨ ਦੇ ਵਿੱਚ ਉਦੋਂ ਬੈਲਟ ਬਕਸਾ ਸਮਝ ਲਓ ਖੁੱਲ ਜਾਣਾ ਔਰ ਖੋਲਣ ਤੋਂ ਬਾਅਦ ਆਪਾਂ ਜਿਹੜੇ ਪੋਲਿੰਗ ਏਜੰਟ ਹੋਣਗੇ ਉੱਥੇ ਮੌਕੇ ਦੇ ਉੱਤੇ ਸਟੇਸ਼ਨ ਦੇ ਉੱਤੇ ਉਹਨਾਂ ਨੂੰ ਦਿਖਾ ਦੇਣਾ ਵੀ ਇਹਦੇ ਵਿੱਚ ਕੋਈ ਵੋਟ ਨਹੀਂ ਔਰ ਸਭ ਤੋਂ ਪਹਿਲਾਂ ਆਪਾਂ ਜਿਹੜੇ ਪੋਲਿੰਗ ਸਟੇਸ਼ਨ ਦੇ ਉੱਤੇ ਹਾਜ਼ਰ ਹਾਂ ਉਹਦੇ ਬਾਰੇ ਦੇ ਵਿੱਚ ਸੂਚਨਾ ਭਰ ਕੇ ਇਸ ਐਡਰੈਸ ਟੈਗ ਦੇ ਵਿੱਚ ਔਰ ਆਪਦੇ ਪ੍ਰੈਜ਼ਾਈਡਿੰਗ ਅਫਸਰ ਸਾਈਨ ਕਰਕੇ ਤੇ ਪੋਲਿੰਗ ਪਾਰਟੀਆਂ ਦੇ ਪੋਲਿੰਗ ਏਜੰਟਾਂ ਦੇ ਸਾਈਨ ਕਰਵਾ ਕੇ ਇਸ ਐਡਰੈਸ ਟੈਗ ਨੂੰ ਇਸ ਬਕਸੇ ਦੇ ਵਿੱਚ ਸਿੱਟ ਦੇਣਾ ਤੇ ਇੱਕ ਗ੍ਰੀਨ ਪੇਪਰ ਸੀਲ ਦੇ ਨਾਲ ਜਾਂ ਜਿਹੜੀ ਵੀ ਪੇਪਰ ਸੀਲ ਤੁਹਾਨੂੰ ਮਿਲੇਗੀ ਉਹਦੇ ਨਾਲ ਆਪਾਂ ਜਿਹੜਾ ਇਹ ਸਰਾਖ ਆ ਇਹਨੂੰ ਸੀਲ ਕਰ ਦੇਣਾ ਇਹਦੇ ਤੇ ਸਭ ਤੋਂ ਪਹਿਲਾਂ ਪ੍ਰੈਜ਼ਾਈਡਿੰਗ ਅਫਸਰ ਨੇ ਆਪਦੇ ਸਾਈਨ ਕਰਨੇ ਆ ਔਰ ਜਿਹੜੇ ਪੋਲਿੰਗ ਏਜੰਟ ਹੋਣਗੇ ਉਹਨਾਂ ਦੇ ਸਾਈਨ ਕਰਵਾ ਲੈਣੇ ਆ ਫਿਰ ਇਹਨੂੰ ਇਹ ਸਰਾਖ ਦੇ ਵਿੱਚ ਇਸ ਤਰ੍ਹਾਂ ਪਾਉਣਾ ਕਿ ਜਿਹੜੇ ਤੁਹਾਡੇ ਦਸਤਖਤ ਕੀਤੇ ਹੋਏ ਆ ਉਹ ਵਿਚਕਾਰ ਆ ਜਾਣ ਤਾਂ ਜੋ ਆਪਾਂ ਨੂੰ ਪਤਾ ਲੱਗ ਜਾਏ ਕਿ ਜਿਹੜੀ ਸੀਲ ਆ ਜਿਹੜੀ ਆਪਾਂ ਲਾਈ ਸੀ ਉਹੀ ਆ ਇਸ ਤਰ੍ਹਾਂ ਇਸ ਪੇਪਰ ਸੀਲ ਨੂੰ ਮੋੜ ਕੇ ਉਦੋਂ ਬਾਅਦ ਬੈਲਟ ਬਕਸਾ ਜਿਹੜਾ ਇਹ ਵੋਟਾਂ ਦੇ ਲਈ ਆਪਾਂ ਤਿਆਰ ਕਰ ਲੈਣਾ ਔਰ ਇਹਨੂੰ ਵੋਟਾਂ ਪਾਉਣ ਦੇ ਲਈ ਤਿਆਰ ਕਰਨ ਦੇ ਲਈ ਇਹ ਜਿਹੜੀ ਸੀਲ ਆ ਇਹਨੂੰ ਆਪਾਂ ਕਵਰ ਕਰਨਾ ਹੈ ਔਰ ਫਿਰ ਆਪਾਂ ਇਹ ਜਿਹੜੀ ਬੈਲਟ ਬਕਸ ਨੂੰ ਬੰਦ ਕਰਨ ਦੇ ਜਿਹੜੀ ਉੱਪਰ ਵਾਲੀ ਪੱਤੀ ਆ ਇਹਨੂੰ ਆਪਾਂ ਕਲੋਕ ਵਾਈਜ਼ ਘੁਮਾਉਣਾ ਪਰ ਉਸ ਤੋਂ ਪਹਿਲਾਂ ਜਿਹੜੀ ਆਹ ਲੰਬੀ ਪੱਤੀ ਆ ਉਹਨੂੰ ਆਪਾਂ ਸਰਾਖ ਜਿਹੜਾ ਬੰਦ ਕਰ ਲੈਣਾ ਲੰਬੀ ਪੱਤੀ ਨੂੰ ਔਰ ਹੁਣ ਆਪਾਂ ਇਹ ਜਿਹੜੀ ਉੱਪਰ ਵਾਲੀ ਪੱਤੀ ਇਹਨੂੰ ਕਲੋਕ ਵਾਈਜ਼ ਇਸ ਤਰ੍ਹਾਂ ਘੁਮਾਉਣਾ ਅੱਧੀ ਘੁਮਾਉਣੀ ਆ ਵੀ ਆਹ ਸਰਾਖ ਆ ਜਿਹੜਾ ਇਹ ਨੰਗਾ ਹੋ ਜਾਵੇ ਔਰ ਉਸ ਤੋਂ ਬਾਅਦ ਜਦੋਂ ਇਹ ਸਰਾਖ ਨੰਗਾ ਹੋ ਗਿਆ ਫਿਰ ਇੱਕ ਹੋਰ ਐਡਰੈਸ ਟੈਗ ਲੈ ਕੇ ਉਹਦੇ ਤੇ ਸਾਰੀ ਸੂਚਨਾ ਭਰ ਕੇ ਉਹਨੂੰ ਆਪਾਂ ਇਹ ਸਰਾਖ ਆ ਜਿਹੜੇ ਦੋਨੇ ਸਰਾਖ ਹੋਣਗੇ ਉਹਨਾਂ ਦੇ ਵਿੱਚ ਦੀ ਇਹ ਧਾਗਾ ਜਿਹੜਾ ਬਾਹਰ ਕੱਢ ਕੇ ਔਰ ਇਹਨੂੰ ਗੰਢ ਦੇ ਕੇ ਇਸ ਤਰ੍ਹਾਂ ਗੰਢ ਦੇ ਕੇ ਇਹਨੂੰ ਆਪਾਂ ਸੀਲ ਲਾ ਕੇ ਤਿਆਰ ਕਰ ਦੇਣਾ ਹੁਣ ਇਹ ਬੈਲਟ ਬਕਸਾ ਵੋਟਾਂ ਪਾਉਣ ਦੇ ਲਈ ਤਿਆਰ ਆ ਔਰ ਆਪਾਂ ਇਹ ਸਰਾਖ ਦੇ ਵਿੱਚ ਜਿਵੇਂ ਜਿਵੇਂ ਸਾਡੇ ਜਿਹੜੇ ਆਈ ਜਾਣਗੇ ਕੈਂਡੀਡੇਟ ਦੇ ਜਿਹੜੇ ਉਹਦੇ ਸਪੋਰਟਰ ਹੋਣਗੇ ਵੋਟਰ ਹੋਣਗੇ ਉਹਦੇ ਵਿੱਚ ਵੋਟ ਆ ਜਿਹੜੀ ਉਹ ਪਾਈ ਜਾਣਗੇ ਔਰ ਜਦੋਂ ਤੁਹਾਡੀਆਂ ਵੋਟਾਂ ਅਖੀਰ ਦੇ ਉੱਤੇ ਪੂਰੀਆਂ ਹੋ ਗਈਆਂ ਉਸ ਤੋਂ ਬਾਅਦ ਆਪਾਂ ਇਸ ਬੈਲਟ ਬਕਸੇ ਨੂੰ ਫੇਰ ਸੀਲ ਕਰਨਾ ਤਾਂ ਜੋ ਆਪਣੀ ਜਿਹੜੀ ਆਹ ਸਰਾਖ ਆ ਉਹ ਆਪਣਾ ਦਿਸੇ ਨਾ ਉਹਦੇ ਲਈ ਤੁਸੀਂ ਆਹ ਜਿਹੜੀ ਸਰਾਖ ਦੇ ਵਿੱਚ ਪਾਈ ਸੀ ਇਹਨੂੰ ਖੋਲ ਲੈਣਾ ਇਸ ਤਰ੍ਹਾਂ ਔਰ ਇਹਨੂੰ ਘੁਮਾਉਣਾ ਹੈ ਇਸ ਤਰ੍ਹਾਂ ਕਿ ਜਿਹੜਾ ਇਹ ਬੰਦ ਹੋ ਜਾਵੇ ਬੰਦ ਕਰਨ ਦੇ ਲਈ ਇਹਨੂੰ ਆਪਾਂ ਫੇਰ ਇਸ ਤਰ੍ਹਾਂ ਕਲੋਕ ਵਾਈਜ਼ ਤੁਸੀਂ ਇਹਨੂੰ ਘੁਮਾ ਕੇ ਪੂਰੇ ਦਾ ਪੂਰਾ ਇਹ ਇਸ ਸਟੇਜ ਦੇ ਉੱਤੇ ਲੈ ਆਉਣਾ ਅਤੇ ਆਹ ਜਿਹੜੀਆਂ ਪੱਤੀਆਂ ਉਹਨੂੰ ਬੰਦ ਕਰ ਦੇਣਾ ਫੇਰ ਜਿਹੜਾ ਇਹ ਐਡਰੈਸ ਟੈਗ ਆ ਉਹਨੂੰ ਆਪਾਂ ਇਸ ਮੋਰੀ ਦੇ ਵਿੱਚ ਪਾ ਕੇ ਇਹਦੇ ਉੱਤੇ ਔਰ ਗੰਢ ਦੇ ਕੇ ਔਰ ਜਿਹੜੀ ਹੈਗੀ ਆ ਲਾਖ ਦੇ ਨਾਲ ਇਸ ਐਡਰੈਸ ਟੈਗ ਨੂੰ ਸੀਲ ਕਰ ਦੇਣਾ ਔਰ ਜਿਹੜੇ ਸਾਡੇ ਸਾਰੀ ਇਨਫੋਰਮੇਸ਼ਨ ਆ ਉਹਦੇ ਉੱਤੇ ਲਿਖੀ ਹੋਊਗੀ ਸੋ ਇੰਨਾ ਸਾਡਾ ਇਸ ਬੈਲਟ ਬਕਸ ਦੇ ਸੰਬੰਧ ਦੇ ਵਿੱਚ ਜਿਹੜੀ ਜਾਣਕਾਰੀ ਆ ਉਮੀਦ ਕਰਦੇ ਹਾਂ ਵੀ ਇਹ ਜਿਹੜੀ ਵੀਡੀਓ ਆ ਉਹਦੇ ਤੋਂ ਸਾਡੇ ਰਿਟਰਨਿੰਗ ਆਫੀਸਰ ਸਾਹਿਬਾਨ ਸਾਡੇ ਸੁਪਰਵਾਈਜ਼ਰ ਸਾਹਿਬਾਨ ਸਾਡੇ ਪੋਲਿੰਗ ਸਟਾਫ ਦੇ ਵਿੱਚ ਪ੍ਰੈਜ਼ਾਈਡਿੰਗ ਆਫੀਸਰ ਤੇ ਸਾਰੇ ਪੋਲਿੰਗ ਆਫੀਸਰ ਇਹ ਤੋਂ ਟ੍ਰੇਨਿੰਗ ਲੈ ਕੇ ਜਿਹੜੀਆਂ ਚੋਣਾਂ ਦਾ ਕੰਮ ਆ ਉਹਨੂੰ ਨਿਰਪੱਖ ਤੇ ਸਹੀ ਤਰੀਕੇ ਦੇ ਨਾਲ ਨੇਪਰੇ ਚਾੜਨਗੇ ਧੰਨਵਾਦ।